मारे कदे छिटे नी हिक विच वज सिद्धा वैरी ललकारिया बन के रहिंदा सी जो शेर धौणो फड़ के पिंजरे च ताड़िया ਤੱਤੀਆਂ ਠੰਡੀਆਂ ਅਫਵਾਹਾਂ ਤਾਂ ਹੁਣ ਉੱਡਣ ਗਈਆਂ ਸ਼ਿਕਾਰੀ ਨੇ ਫੇਰ ਵੀ ਤਾਂ ਟੀਸੀ ਵਾਲਾ ਝਾੜਿਆ ਫੇਰ ਵੀ ਟੀਸੀ ਵਾਲਾ ਝਾੜਿਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਇੰਡਸਟਰੀ ਤੇ ਪੰਜਾਬ ਨਾਲ ਜੁੜੀਆਂ ਕੁਝ ਖਾਸ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ। ਸਭ ਤੋਂ ਪਹਿਲਾਂ ਅਸੀਂ ਸਿੱਧੂ ਮੂਸੇਵਾਲੇ ਦਾ ਹੀ ਜ਼ਿਕਰ ਕਰਨਾ ਚਾਹੁੰਦੇ ਹਾਂ, ਜਿਸ ਦੀ ਕਿ ਈਪੀ ਦੀ ਚਰਚਾ ਹਾਲੇ ਤੱਕ ਸੋਸ਼ਲ ਮੀਡੀਆ ਤੇ ਬਰਕਰਾਰ ਹੈ, ਕਈ ਪੁਰਾਣੇ ਰਿਕਾਰਡ ਤੋੜੇ ਨੇ ਤੇ ਨਵੇਂ ਕੈਂਪ ਵੀ ਕੀਤੇ ਹਨ। ਜੇਕਰ ਦੋਸਤੋ ਅਸੀਂ ਸਪੋਟੀਫਾਈ ਤੇ ਆਧਾਰਿਤ ਸਟ੍ਰੀਮਸ ਦਾ ਹੀ ਜ਼ਿਕਰ ਕਰ ਲਈਏ, ਲਗਭਗ 2 ਦਿਨਾਂ ਵਿੱਚ 2.5 ਮਿਲੀਅਨ ਤੋਂ ਜ਼ਿਆਦਾ ਓਵਰਆਲ ਸਟ੍ਰੀਮਸ ਹੋ ਚੁੱਕੀਆਂ ਨੇ। ਐਪਲ ਮਿਊਜ਼ਿਕ ਚਾਰਟ ਤੇ ਇੰਡੀਆ, ਕੈਨੇਡਾ, ਨਿਊਜ਼ੀਲੈਂਡ ਟ੍ਰੈਂਡਿੰਗ ਨੰਬਰ 1 ਤੇ ਬਿਰਾਜਮਾਨ ਹੈ, ਆਸਟ੍ਰੇਲੀਆ ਵਿੱਚ 2 ਨੰਬਰ ਤੇ, ਯੂਐਸਏ ਵਿੱਚ 4 ਨੰਬਰ ਤੇ, ਕੈਨੇਡਾ ਮਤਲਬ ਪੂਰੀ ਗੱਲ ਠਾਈ ਹੋਈ ਹੈ। ਪਰ ਦੋਸਤੋ ਇਹਨਾਂ ਗੱਲਾਂ ਦੇ ਬਾਵਜੂਦ ਸਿੱਧੂ ਨੂੰ ਉਸਦੇ ਪੁਰਾਣੇ ਕਰੀਬੀ ਦੋਸਤ ਮਿੱਤਰ ਵੱਲੋਂ ਰਿਪਲਾਈ ਆਇਆ ਹੈ। ਜੀ ਹਾਂ ਦੋਸਤੋ, ਅਸੀਂ ਜ਼ਿਕਰ ਕਰ ਰਹੇ ਹਾਂ ਪ੍ਰੇਮ ਢਿੱਲੋਂ ਦਾ ਬਲੇਮ ਗਾਣਾ, ਜੋ ਕਿ ਕੱਲ ਟੀ ਸੀਰੀਜ਼ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ। ਵੈਸੇ ਜਦੋਂ ਪ੍ਰੇਮ ਢਿੱਲੋਂ ਨੇ ਇਸ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਸੀ ਤਾਂ ਕੁਝ ਕੁ ਲੋਕ ਉਦੋਂ ਹੀ ਸਮਝ ਗਏ ਸਨ ਕਿ ਸ਼ਾਇਦ ਸਿੱਧੂ ਮੂਸੇਵਾਲੇ ਨੂੰ ਇਹ ਟਾਰਗੇਟ ਕਰ ਸਕਦਾ ਹੈ, ਕਿਉਂਕਿ ਫੱਕੇ ਮੌਲ ਗਾਣੇ ਵਿੱਚ ਪ੍ਰੇਮ ਢਿੱਲੋਂ ਨੂੰ ਟਾਰਗੇਟ ਕੀਤਾ ਹੋਇਆ ਸੀ। ਜੇਕਰ ਅਸੀਂ ਨੋ ਨੇਮ ਈਪੀ ਦਾ ਵੀ ਜ਼ਿਕਰ ਕਰੀਏ, ਇਸ ਵੇਲੇ ਵੀ ਪ੍ਰੇਮ ਢਿੱਲੋਂ ਨੂੰ ਰਿਪਲਾਈ ਸੀ, ਇਦਾਂ ਕੁਝ ਸ਼ਾਖਿਆਂ ਦਾ ਦੋਸਤੋ ਕਹਿਣਾ ਸੀ। ਪਰ ਆਪਾਂ ਜ਼ਿਕਰ ਕਰਦੇ ਹਾਂ ਪ੍ਰੇਮ ਢਿੱਲੋਂ ਦਾ, ਉਸਨੇ ਸਿਰਫ ਸਿੱਧੂ ਮੂਸੇਵਾਲੇ ਨੂੰ ਹੀ ਨਹੀਂ ਬਲਕਿ ਕਰਨ ਔਜਲਾ ਨੂੰ ਵੀ ਟਾਰਗੇਟ ਕੀਤਾ ਹੈ। ਸਿੱਧੂ ਬਾਬਤ ਤਾਂ ਦੋਸਤੋ ਆਪਾਂ ਗੱਲ ਸਮਝ ਸਕਦੇ ਹਾਂ ਕਿ ਉਸਦਾ ਪਹਿਲਾਂ ਕਰੀਬੀ ਦੋਸਤ ਮਿੱਤਰ ਸੀ, ਉਸ ਤੋਂ ਬਾਅਦ ਉਸਦੇ ਹੀ ਵਿਰੋਧੀ ਦੋਸਤ ਮਿੱਤਰ ਜੋ ਬਿਗਵੜ ਸੀ, ਉਸ ਨਾਲ ਜਾ ਕੇ ਉਸਨੇ ਗਾਣਾ ਕਰ ਲਿਆ। ਕਹਿਣ ਦਾ ਮਤਲਬ ਉਦੋਂ ਸਿੱਧੂ ਦੇ ਪ੍ਰੇਮ ਢਿੱਲੋਂ ਵਿਚਕਾਰ ਫੈਕ ਪੈ ਗਈ। ਤੇ ਦੋਸਤੋ ਇਸ ਤੋਂ ਇਲਾਵਾ ਪੁਰਾਣੇ ਇੱਕ ਸਟੋਰੀ ਵੀ ਸ਼ੇਅਰ ਕੀਤੀ ਹੈ ਪ੍ਰੇਮ ਢਿੱਲੋਂ ਨੇ। ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ, ਸਿੱਧੂ ਨੇ ਘੁੱਗੀਆਂ ਕਬੂਤਰਾਂ ਦੇ ਬਾਜਾਂ ਦਾ ਜ਼ਿਕਰ ਕੀਤਾ ਸੀ। ਸ਼ਾਇਦ ਦੋਸਤੋ ਉਸਦਾ ਹੀ ਇਹ ਰਿਪਲਾਈ ਆਪਾਂ ਕਹਿ ਸਕਦੇ ਹਾਂ ਪ੍ਰੇਮ ਢਿੱਲੋਂ ਵੱਲੋਂ ਸਿੱਧੂ ਮੂਸੇਵਾਲੇ ਨੂੰ। ਗਾਣ ਵਿੱਚ ਤਾਂ ਇਹੀ ਦਰਸਾਇਆ ਗਿਆ ਹੈ ਕਿ ਮੈਂ ਕਿਸੇ ਦੇ ਸਿਰ ਤੋਂ ਨਹੀਂ ਉੱਠਿਆ, ਜਦਕਿ ਸਿੱਧੂ ਨੇ ਦੋਸਤੋ ਇਹ ਕਿਹਾ ਸੀ ਕਿ ਅਸੀਂ ਹੀ ਪ੍ਰੇਮ ਢਿੱਲੋਂ ਦਾ ਕਰੀਅਰ ਬਣਾਇਆ ਹੈ। ਤੇ ਜੇਕਰ ਜ਼ਿਕਰ ਕਰੀਏ ਕਰਨ ਔਜਲੇ ਦਾ, ਤੁਹਾਨੂੰ ਦੋਸਤੋ ਜੇਕਰ ਗੱਲ ਯਾਦ ਹੋਵੇ, ਸਿੱਧੂ ਮੂਸੇਵਾਲੇ ਨੇ ਇੱਕ ਲਾਈਨ ਵਰਤੀ ਸੀ ਕਿ ਤੁਹਾਡੇ ਵਾਂਗੂ ਸੀ ਪਰ ਵੱਟੇ ਤਾਂ ਨਹੀਂ ਮਨਾਏ, ਜੋ ਕਿ ਰਿਪਲਾਈ ਸੀ ਕਰਨ ਔਜਲਾ ਨੂੰ। ਸਿੱਧੂ ਦੇ ਹੀ ਉਸ ਸ਼ਬਦ ਨੂੰ ਵਰਤਿਆ ਹੈ ਕਰਨ ਔਜਲਾ ਦੇ ਖਿਲਾਫ, ਕਰਨ ਔਜਲਾ ਜਿਸ ਤੋਂ ਬਾਅਦ ਇੱਕ ਅੰਗਰੇਜ਼ੀ ਗਾਣਾ ਵੀ ਸੁਣਦਾ ਹੋਇਆ ਦਿਖਾਈ ਦਿੱਤਾ। ਮਾਮਲਾ ਦੋਸਤੋ ਥੋੜਾ ਜਿਹਾ ਸਗੀਰ ਹੀ ਹੈ, ਪਰ ਇੱਕ ਗੱਲ ਦੋਸਤੋ ਖਾਸ ਇਹ ਹੈ, ਇਸਨੇ ਨਸੀਬ ਵਾਂਗੂ ਪੂਰੇ ਦਾ ਪੂਰਾ ਗਾਣਾ ਹੀ ਕਹਿ ਲਈਏ ਰਿਪਲਾਈ ਤੇ ਆਧਾਰਿਤ ਸਿੱਧੂ ਬਾਬਤ ਰਿਲੀਜ਼ ਨਹੀਂ ਕੀਤਾ। ਇਸਨੇ ਖੁਦ ਆਪਣਾ ਗਾਣਾ ਲਿਖਿਆ ਹੋਇਆ ਤੇ ਇਸ ਵਿੱਚ ਕੀ 1-2 ਲਾਈਨਾਂ ਹੀ ਇੱਧਰ ਉੱਧਰ ਲੀਆਂ ਸਨ। ਪ੍ਰੇਮ ਢਿੱਲੋਂ ਕੀ ਵਾਕਈ ਹੁਣ ਅੱਗੇ ਵੀ ਰਿਵੈਂਜ ਲੈ ਸਕਦਾ ਹੈ ਜਾਂ ਇੱਥੇ ਹੀ ਇਹ ਸਾਰੀ ਕਾਰਗੁਜ਼ਾਰੀ ਖਤਮ ਹੋ ਜਾਵੇਗੀ? ਤੁਸੀਂ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਦੋਸਤੋ ਇੱਥੇ ਹੁਣ ਅਸੀਂ ਬਾਲੀਵੁੱਡ ਦੇ ਸਟਾਰ ਵਿੱਕੀ ਕੌਸ਼ਲ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ, ਜੋ ਕਿ ਹਾਲ ਹੀ ਜ਼ਿਕਰ ਕਰਦਾ ਹੋਇਆ ਦਿਖਾਈ ਦਿੱਤਾ ਐਮੀ ਵਿਰਕ ਦਾ। ਉਸਦਾ ਦੋਸਤੋ ਜੋ ਨਵਾਂ ਗਾਣਾ ਸੀ ਹਾਰਟ ਅਟੈਕ, ਉਸਨੂੰ ਉਹ ਸੁਣਦਾ ਸਿਖਾਈ ਦਿੱਤਾ ਤੇ ਹੇਠਾਂ ਸਪੈਸ਼ਲ ਟੈਗ ਵੀ ਕੀਤਾ ਭਰਾ ਨੂੰ, ਕਾਰਡੀਓ ਜੈਮ ਕ੍ਰੋਸ ਤੇ ਮੇਰਾ ਯਾਰ ਐਮੀ ਵਿਰਕ। ਇਸ ਨਾਲ ਦੋਸਤੋ ਭਰਾ ਦੀ ਫਿਲਮ ਵੀ ਆ ਰਹੀ ਹੈ ਐਮੀ ਵਿਰਕ, ਵਿੱਕੀ ਕੌਸ਼ਲ ਜੋ ਕਿ ਦੋਸਤੋ ਡਾਇਰੈਕਟ ਕੀਤੀ ਹੈ ਬਾਲੀਵੁੱਡ ਦੇ ਬਹੁਤ ਵੱਡੇ ਪ੍ਰੋਡਿਊਸਰ ਤੇ ਡਾਇਰੈਕਟਰ ਕਰਨ ਜੌਹਰ ਨੇ। ਐਮੀ ਵਿਰਕ ਨੇ ਦੋਸਤੋ ਜਿਸ ਤੋਂ ਵੱਧ ਧੰਨਵਾਦ ਵੀ ਕੀਤਾ ਵਿੱਕੀ ਕੌਸ਼ਲ ਦਾ। ਬਾਕੀ ਤੁਸੀਂ ਇਸ ਬਾਰੇ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਦੋਸਤੋ ਇੱਥੇ ਹੁਣ ਅਸੀਂ ਸ਼ਹਿਨਾਜ਼ ਗਿੱਲ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ, ਜਿਸ ਬਾਰੇ ਇੱਕ ਬਹੁਤ ਵੱਡੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉਹ ਬਾਲੀਵੁੱਡ ਵਿੱਚ ਆਪਣਾ ਕਦਮ ਰੱਖਣ ਜਾ ਰਹੀ ਹੈ। ਵੈਸੇ ਬਾਲੀਵੁੱਡ ਦੇ ਕਈ ਗਾਣਿਆਂ ਵਿੱਚ ਉਹ ਦਿਖਾਈ ਤਾਂ ਦਿੱਤੀ ਹੈ, ਉਹਨਾਂ ਦੇ ਕਈ ਸ਼ਖਸਾਂ ਨਾਲ ਵੀ ਮਿਲੀ ਹੈ। ਹਾਲ ਹੀ ਜੋ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦੀ ਪਾਰਟੀ ਸੀ, ਉੱਥੇ ਵੀ ਦੋਸਤੋ ਉਹ ਦਿਖਾਈ ਦਿੱਤੀ। ਪਰ ਮਿਲੀ ਜਾਣਕਾਰੀ ਅਨੁਸਾਰ ਜੋ ਸਲਮਾਨ ਖਾਨ ਦੀ ਫਿਲਮ ਆ ਰਹੀ ਹੈ ਕਬੀਦ ਕਬੀਦ ਵਾਲੀ, ਉਸ ਵਿੱਚ ਦੋਸਤੋ ਉਹ ਫੀਚਰ ਕਰਨ ਵਾਲੀ ਹੈ। ਸ਼ਹਿਨਾਜ਼ ਗਿੱਲ ਬਹੁਤ ਹੀ ਦੋਸਤ ਦਾ ਉੱਚਾ ਰੁਤਬਾ ਫਿਲਹਾਲ ਦੇ ਟਾਈਮ ਹੋ ਚੁੱਕਾ ਹੈ। ਸਲਮਾਨ ਖਾਨ ਨਾਲ ਕੰਮ ਕਰਨ ਜਾ ਰਹੀ ਹੈ ਸਿੱਧਾ ਬਾਲੀਵੁੱਡ ਵਿੱਚ ਡੈਬਿਊ, ਜਿਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਦੇ ਕਰੀਅਰ ਦਾ ਪੀਕ ਹੈ। ਹਾਲਾਂਕਿ ਦੋਸਤੋ ਇਸਨੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਸਲਮਾਨ ਖਾਨ ਬਾਰੇ ਹੀ ਗੱਲ ਕੀਤੀ ਸੀ ਕਿ ਹਾਂ ਅਸੀਂ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਾਂ, ਸਾਡੀ ਫਿਲਮ ਆ ਰਹੀ ਹੈ, ਮੈਂ ਉਹਨਾਂ ਨੂੰ ਸਰ ਕਹਿ ਕੇ ਬੁਲਾਉਂਦੀ ਹਾਂ। ਬਾਕੀ ਜਦੋਂ ਫਿਲਮ ਆਵੇਗੀ ਫਿਰ ਉਦੋਂ ਹੀ ਦੋਸਤੋ ਅਸੀਂ ਦੱਸ ਸਕਾਂਗੇ ਕਿ ਸ਼ਹਿਨਾਜ਼ ਗਿੱਲ ਦਾ ਕੀ ਰੋਲ ਹੈ। ਬਾਕੀ ਤੁਸੀਂ ਇਸ ਬਾਰੇ ਆਪਣੇ ਸਪੈਸ਼ਲ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਏਪੀ ਢਿੱਲੋਂ ਦਾ। ਗਰਦ ਤਾਂ ਦੋਸਤੋ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੂਰੀ ਠਾਈ ਹੋਈ ਹੈ। ਹਰੇਕ ਗਾਣਾ ਸਾਨੂੰ ਲੱਗਦਾ 100 ਮਿਲੀਅਨ ਵਿਊਜ਼ ਦਾ ਯੂਟਿਊਬ ਤੇ ਪਾਰ ਕਰ ਹੀ ਚੁੱਕਾ ਹੈ। ਥੋੜੇ ਟਾਈਮ ਵਿੱਚ ਇੰਨਾ ਉੱਚਾ ਰੁਤਬਾ ਹਾਸਲ ਕਰਨਾ, ਬਾਲੀਵੁੱਡ ਦੇ ਆਰਟਿਸਟ ਫੈਨ ਬਣਾਉਣੇ, ਕਈ ਦੋਸਤੋ ਪੰਜਾਬੀ ਆਰਟਿਸਟ ਇਹ ਹਲੇ ਤੱਕ ਨਹੀਂ ਕਰ ਸਕੇ। ਮਤਲਬ ਬਹੁਤ ਸਾਰੇ ਆਰਟਿਸਟਾਂ ਦਾ ਉਹ ਸੁਪਨਾ ਹੁੰਦਾ ਹੈ ਜੋ ਕਿ ਏਪੀ ਢਿੱਲੋਂ ਨੇ ਥੋੜੇ ਟਾਈਮ ਵਿੱਚ ਹੀ ਅਚੀਵ ਕਰ ਲਿਆ। ਪਰ ਦੋਸਤੋ ਇੱਥੇ ਜ਼ਿਕਰ ਜੋ ਗੱਲ ਇਹ ਹੈ ਕਿ ਸ਼ਾਇਦ ਐਮਾਜ਼ਾਨ ਵਾਲੇ ਉਸਦੀ ਡਾਕੂਮੈਂਟਰੀ ਤਿਆਰ ਕਰ ਰਹੇ ਨੇ। ਪੁਰਾਣੇ ਖੋਤਾ ਇਸਦਾ ਜ਼ਿਕਰ ਨਹੀਂ ਕੀਤਾ, ਪਰ ਦੋਸਤੋ ਕੁਝ ਕੁ ਆਰਟੀਕਲ ਛਪੇ ਨੇ, ਗੱਲ ਤਾਂ ਵਾਕਈ ਦੋਸਤੋ ਸਾਨੂੰ ਵੀ ਸੱਚ ਲੱਗ ਰਹੀ ਹੈ, ਕਿਉਂਕਿ ਐਮਾਜ਼ਾਨ ਵਾਲਿਆਂ ਨੇ ਪਹਿਲਾਂ ਇਹ ਵੀ ਦੱਸਿਆ ਸੀ ਕਿ ਡਿਜੀਟਲ ਆਰਟਿਸਟ ਨੰਬਰ 1 ਔਨ ਐਮਾਜ਼ਾਨ ਉਹ ਏਪੀ ਢਿੱਲੋਂ ਹੀ ਹੈ। ਇਹ ਦੋਸਤੋ ਬਹੁਤ ਹੀ ਖਾਸ ਗੱਲ ਹੈ। ਤੇ ਇੱਕ ਤੁਹਾਨੂੰ ਹੋਰ ਖਾਸ ਗੱਲ ਦੱਸ ਦਈਏ, ਉਹ ਹੈ ਦਲਜੀਤ ਨਾਲ ਹੀ ਸੰਬੰਧਿਤ। ਉਸਦੀ ਵੀ ਸ਼ਾਇਦ ਡਾਕੂਮੈਂਟਰੀ ਆ ਰਹੀ ਹੈ,
है, पर वो दोस्तों कैसे रिलीज़ होगी ये गल किसी भी नहीं पता। पर हाँ, दलजीत दोसांझ ने कुछ दिन पहला ही जो भरा का लाइव शो होया गुड़गांव उदों उसका जरूर जिक्र किया कि असं डॉक्यूमेंटरी भी शूट कर रहे हाँ। एक पुरानी पिक भी जो दलजीत भरा ने शेयर की उदों भी दोस्तों यही अंदाजे लगाए जा रहे सन। खुद भी भरा दोस्तों हिंट दे रहा है पर कि दोस्तों वह डॉक्यूमेंटरीज एमाजॉन प्राइम वीडियो से रिलीज़ होनगियां। यह दोस्तों अलग ही कंसैप्ट है तो यह रुतबा भी दर्शाता है किसी भी आर्टिस्ट का, जिड़िया कि कुछ जानकारियां अपने तो हिडनस ने। आप स्ट्रगल जिन्ना आर्टिस्टा का नहीं देखते दे, सिर्फ वीक टाइम ही देखते दे हैं, जिम्मे कि फिलहाल के टाइम लोग यह भी कह रहे हैं कि ये वीडियो ने कोई स्ट्रगल नहीं किया। उस डॉक्यूमेंटरी बारे दोस्तों तो सब पता लग जाएगा, तुम भी इस बारे अपने अहम विचार कमेंट बॉक्स में जरूर दो। तो दोस्तों इतने हम असं आर एंड ए का जिक्र करना चाहते हाँ, जिसकी कि एक स्टोरी काफ़ी ज़्यादा वायरल हो रही है। बिग मैन 2 दोस्तों गाना रिलीज़ करने वाला है, जिसके कैप्शन में उसने लिखा, दिल जितने रकाने आप ना के ठगने, नहीं तू जो भी सुनेगी गाने ताजे लगने, जो भी बीतिया मेरे ना किन्या ना बीतदा, हुंदा केजीएफ जिन्ना रौला गबरू दे गीत दा। कुछ दिनों तक दोस्तों ये रिलीज़ करने वाला है बिग मैन 2 गाना। पहले गाने नू बहुत ही ज़्यादा पसंद किया गया सी, जिसकी सक्सैस तो बाद ही इसने इस गाने का ऐलान किया। तो दोस्तों इतने हम असं निमरत खहरा का जिक्र करना चाहते हाँ, जिसने कि आस्ट्रेलिया के अपने टूर का ऐलान कर दिया है। जो कैनेडा का टूर होया अर्जन ढिल्लो नाल वो भी दोस्तों पूरा सक्सैसफुल गया, हाले तक उसकी चर्चा हो रही है। वीडियो क्लिप्स निमरत खहरा से अर्जन ढिल्लो दोनों ही शेयर कर रहे हैं। यह दोस्तों जो अगला महीना है निमरत खहरा के फैनों की कुछ खास है, अपने कुछ नवे गाने भी रिलीज़ करने वाली है। इस तो अलावा उसकी फिल्म जो कि सरगुण मेहता के एमी विर्क नाल है वह भी दोस्तों रिलीज़ होने वाली है। ट्रेलर तो दोस्तों निमरत खहरा की एक्टिंग नैक्सट लैवल की ही लग रही थी, बाकी फिल्म का कंसैप्ट भी दोस्तों वधिया है, तो देखते हैं फिर वो किन्नी तक पाँगा। तो दोस्तों असं निशा भानो का जिक्र करना चाहते हाँ, जिसने कि हाल ही अपनी एक इंटरव्यू दौरान जिक्र किया है कि बिहाइंड द कैमरा आर्टिस्टा की कुछ फेस करना पैंता है। एक क्लिप दोस्तों बहुत ही वायरल हो रही है। बहुत सारिया मोमेंट्स मेरी लाइफ के आई हैं भी समटाइम थोड़ा अंदरों नहीं ठीक होंगे पर तुम हसन वाले करैक्टर करने होंगे है ना। मेरे नाल एक मोमेंट मैं पहला भी इंटरव्यू काफ़ी बारी शेयर की आ, मेरे नाल ये हुई सी कि मेरे ब्रदर की डैथ हुई सी, ते मेरा एक शो सीगा दुबई, ते उस टाइम दुबई दे विच जिहड़े परसन ने शो कराया सी ते उन्हों जो तो पता चलिया कि इदां करके होया ते ओ मतलब साढ़े नाल कॉम्प्रोमाइज़ नहीं कर रहा सी इस चीज़ नूं लैके। वो कह रहा सी कि मैं जे तुसीं तुहाडी टीम नहीं पहुँचूगी मैं तुहाडे सारिआं ते केस कर देणा। ते हुण सारे मेरे नाल जिहड़े बाकी दे बंदे सी ओह सारे डर रहे सी कि जे साडे ते केस हो गया साडा फ्यूचर खराब हो जाणा। फिर मैनूं पता है कि मैं अपने घर मेरे सारे रो रहे सी ते मैं उह शो लाउण लई दुबई गई सी। ते उह नवें साल दा शो सीगा ते मैं जाके सिंगिंग करके डांस करके स्टेज तों नीचे आई, लोग सारे इंजॉय कर रहे सी, हस रहे सी ते मैं पिछे रो रही सी। ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਆਪਣੇ ਅਹਿਮ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਦੋਸਤੋ ਅਖੀਰ ਤੇ ਅਸੀਂ ਦੀਪ ਜਾਂਡੂ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਹਾਂ, ਜਿਸਦਾ ਕਿ ਇਸ ਪਿਛਲੀ ਵੀਡੀਓ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਉਸਦੇ ਗਾਣੇ ਦੀ ਚਰਚਾ ਹਾਲੇ ਤੱਕ ਸੋਸ਼ਲ ਮੀਡੀਆ ਤੇ ਬਰਕਰਾਰ ਹੈ, ਜੋ ਕਿ ਉਸਨੇ ਰਿਪਲਾਈ ਕੀਤਾ ਹੈ ਸ਼ਾਇਦ ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ ਨੂੰ। ਵਿਊਜ਼ ਦੋਸਤੋ ਕਾਫੀ ਚੰਗੇ ਆ ਗਏ ਹਨ, ਪਰ ਦੋਸਤੋ ਕਮੈਂਟਾਂ ਵਿੱਚ ਕੁਝ ਇੱਧਰ ਉੱਧਰ ਲੀਆਂ ਗੱਲਾਂ ਵੀ ਹੋ ਰਹੀਆਂ ਨੇ, ਖਾਸ ਕਰ ਕਰਨ ਔਜਲਾ ਦੇ ਫੈਨ ਕਰ ਰਹੇ ਹਨ। ਸਿੱਧੂ ਨੂੰ ਤਾਂ ਚਲੋ ਉਸਨੇ ਇੰਨਾ ਟਾਰਗੇਟ ਨਹੀਂ ਕੀਤਾ, ਪਰ ਕੀ ਦੋਸਤੋ ਫਿਰ ਕਰਨ ਔਜਲਾ ਵੀ ਦੀਪ ਜੰਡੂ ਨੂੰ ਇਸ ਤੋਂ ਬਾਅਦ ਟਾਰਗੇਟ ਕਰੇਗਾ ਆਪਣੀਆਂ ਸਟੋਰੀਆਂ ਰਾਹੀਂ ਆਪਣੇ ਗਾਣੇ ਰਾਹੀਂ, ਕਿਉਂਕਿ ਦੀਪ ਜੰਡੂ ਨੇ ਤਾਂ ਦੋਸਤੋ ਪਹਿਲ ਕਰ ਦਿੱਤੀ ਹੈ। ਆਪਣੇ ਤੁਸੀਂ ਅਹਿਮ ਵਿਚਾਰ ਜ਼ਰੂਰ ਦਿਓ ਇਸ ਕੰਟਰੋਵਰਸੀ ਬਾਰੇ। ਤੇ ਦੋਸਤੋ ਇੱਕ ਨਿੱਕੀ ਜਿਹੀ ਰਿਕੁਐਸਟ ABC ਪੰਜਾਬੀ ਕੌਂਟਰ ਲਾਈਵ ਦੀ ਜਿਸਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਉਸ ਤੇ ਅਸੀਂ ਗੇਮਿੰਗ ਡਾਇਰੈਕਸ਼ਨ ਦੇ ਬਲੌਗ ਵਾਲੀਆਂ ਵੀਡੀਓ ਲੈ ਕੇ ਆ ਰਹੇ ਹਾਂ। ਜੇ ਹੋ ਸਕੇ ਤਾਂ ਉਸ ਚੈਨਲ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।